ਪੰਜਾਬ ਬੀਜੇਪੀ ਪ੍ਰਧਾਨ ਵਿਜੇ ਸਾਂਪਲਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਕਾਰਜਕਾਲ ਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਚੁਣਾਵੀ ਮੈਨੀਫੈਸਟੋ ਵਿੱਚ ਕਿਸਾਨਾਂ ਨਾਲ ਕੀਤੇ ਕਰਜ਼ ਮੁਆਫੀ ਦਾ ਵਾਅਦਾ ਕਾਂਗਰਸ ਅਜੇ ਤੱਕ ਪੂਰਾ ਨਹੀਂ ਕਰ ਪਾਈ ਹੈ। ਉੱਥੇ ਹੀ ਆਮ ਆਦਮੀ ਪਾਰਟੀ ਤੇ ਵੀ ਉਹਨਾਂ ਨਿਸ਼ਾਨਾ ਸਾਧਿਆ। ਉਹਨਾਂ ਦਿੱਲੀ ਐਮਸੀਡੀ ਚੋਣਾਂ ਵਿੱਚ ਆਪ ਪਾਰਟੀ ਦੀ ਹਾਰ ਤੋਂ ਬਾਅਦ ਸਾਂਸਦ ਭਗਵੰਤ ਮਾਨ ਦੀ ਪਾਰਟੀ ਨੂੰ ਕੜੀ ਪ੍ਰਤੀਕਿਰਿਆ ਨੂੰ ਸਹੀ ਠਹਿਰਾਇਆ। ਕਰਜ਼ਾ ਜਿਹੜਾ ਕਿਸਾਨਾਂ ਦਾ ਮਾਫ਼ ਕਰਨਾ ਸੀ ਉਹ ਬਹੁਤ ਜ਼ਰੂਰੀ ਸੀ। ਉਹਦਾ ਕਾਰਨ ਕੀ ਹੈ ਕਿ ਅਗਰ ਅਸੀਂ ਇਹ ਜਿਹੜਾ ਅਪ੍ਰੈਲ ਤੋਂ ਮਈ ਦੇ ਤੱਕ ਜਿਹੜਾ ਕਰਜ਼ਾ ਵਾਪਸ ਨਹੀਂ ਕਰਦੇ ਤਾਂ ਅਗਲੇ ਕਰਜ਼ੇ ਨੈਕਸਟ ਫਸਲ ਦੇ ਲਈ ਕਰਜ਼ਾ ਲੈਣ ਲਈ ਅਸੀਂ ਐਲੀਜੀਬਲ ਨਹੀਂ ਹੋ ਪਾਉਂਦੇ, ਇਹ ਸਾਰਿਆਂ ਨੂੰ ਅਸੀਂ ਪਤਾ ਹੈ। ਪਰ ਕਿਉਂਕਿ ਕਿਸਾਨਾਂ ਨੂੰ ਇਹ ਲਾਰਾ ਲਾਇਆ ਗਿਆ ਸੀ ਕਿ ਅਸੀਂ ਤੁਹਾਡੇ ਕਰਜ਼ੇ ਮਾਫ਼ ਕਰਾਂਗੇ, ਅਸੀਂ ਉਹਨਾਂ ਨੇ ਦਿੱਤੇ ਨੇ। ਜਿਸ ਤਰ੍ਹਾਂ ਇਹਨਾਂ ਨੇ ਪਿਛੋਕੜ ਵੀ ਕਾਂਗਰਸ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਕਿਹਾ ਕਿ ਅਸੀਂ ਕਰਜ਼ੇ ਮਾਫ਼ ਕਰਾਂਗੇ, ਜਿਹਦੇ ਕਰਕੇ ਉਹ ਨਹੀਂ ਕਰੇ। ਉਹ ਹਾਲੇ ਤੱਕ 92 ਦੇ ਕਰਜ਼ਿਆਂ 'ਚ ਹਾਲੇ ਤੱਕ ਵੀ ਪੀੜ